ਕਰ ਸਮੇਂ ਪੀ ਗਿਆ ਮੇਰੇ ਸੋਨੂੰ ਸੀਨ ਹੋਇਆ ਵਾ। ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦੇ ਮੋਟਰਸਾਈਕਲ ਉਹਦੀ ਵਾਈਫ ਅਤੇ ਉਹਦੀ ਬੇਟੀ ਸੀ ਥੱਲੇ ਡਿੱਪੇ ਗੁੱਡੇ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ ਜਿਹਦੀ ਉਹਦੀ ਮੌਤ ਹੋ ਗਈ ਅਤੇ ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ। ਅੱਛਾ ਜੀ, ਕੀ ਹੋਇਆ ਸੀਗਾ ਆਪਣੇ ਨਾਲ? ਖਲੋਤੀ ਸੀ, ਮੈਂ ਖਲੋਤੇ ਦਾ ਸੀ ਥੋੜਾ ਜਿਹਾ, ਬਿਲਕੁਲ ਮਿੱਠਾ ਮਿੱਠਾ ਹੀ ਪਤਾ, ਰੋਟੀ ਕਰਦਾ ਸੀ, ਟੱਕ ਲਿਆ ਕੇ ਮਾਰਤਾ ਮੇਰੇ ਸਿੱਧਾ ਹੀ। ਅੱਛਾ ਜੀ, ਕਿਸੇ ਹੋਰ ਬਾਈਕ ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ? ਨਹੀਂ, ਹੋਰ ਬਾਈਕ ਨਾਲ ਨਹੀਂ, ਟਰੱਕ ਨਾਲ ਹੋਇਆ ਸੀ। ਟਰੱਕ ਨਾਲ ਹੋਇਆ ਜੀ, ਉੱਥੇ ਲੱਗੇ ਦਾ ਟਰੱਕ। ਅੱਛਾ ਜੀ, ਤੇ ਤੁਹਾਡੇ ਨਾਲ ਕੌਣ ਕੌਣ ਸੀਗਾ ਜੀ? ਮੇਰੇ ਨਾਲ ਮੇਰੀ ਘਰ ਦੀ, ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ। ਹਾਂਜੀ, ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ? ਮੁਸਕਾਨ। ਓਕੇ ਜੀ, ਤੇ ਬੱਚੀ ਦਾ? ਬੱਚੀ ਦਾ ਨਾਮ ਹਰਮਨ। ਹਰਮਨ ਉਹ ਨਹੀਂ ਲੱਭੇ ਘਰ ਦੀ, ਪਤਾ ਨਹੀਂ ਕੌਣ ਲੈ ਗਿਆ ਉਹਨੂੰ, ਉਹ ਕੁੜੀ ਸਮੀ ਪੀ ਗਿਆ ਮੇਰੇ ਸੋਨ। ਓਕੇ ਜੀ, ਪਤਾ ਲੱਗਣਾ ਚਾਹੀਦਾ ਕਿਹਨੇ ਕਿਹਨੇ ਖੜੀ ਆ ਕੁੜੀ ਮੇਰੀ, ਉਹਦਾ ਨਹੀਂ ਪਤਾ ਲੱਗੇ ਕਰਦਾ, ਬੱਚੀ ਆ ਜਾ ਗਈ ਬੱਚੀ। ਠੀਕ ਹੈ ਜੀ, ਉਹਦਾ ਪਤਾ ਹੋਣਾ ਚਾਹੀਦਾ ਮੇਰੇ ਰਿਸ਼ਤੇਦਾਰ। ਤੁਸੀਂ ਕਿੱਥੋਂ ਆ ਰਹੇ ਸੀਗੇ? ਬਾਬੇ ਤੋਂ ਆਉਂਦੇ ਸੀ। ਓਕੇ ਜੀ, ਬਾਬਾ ਪੜਵਾਕ ਸਿੰਘ ਦੇ? ਹਾਂਜੀ। ਓਕੇ ਸਰ, ਐਕਸੀਡੈਂਟ ਹੋਇਆ, ਕੀ ਹੈ ਪ੍ਰੋਬਲਮ ਜੀ? ਇਹ ਮੋਟਰਸਾਈਕਲ ਦੋਵਾਂ ਦਾ ਐਕਸੀਡੈਂਟ ਹੋਇਆ ਜੀ। ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ, ਬਾਬਾ ਬੜਵਾਸ ਨੂੰ ਮੱਥਾ ਟੇਕ ਕੇ ਆ ਰਹੇ ਸੀ, ਉਹਨੂੰ ਰਵੀ ਕੁਮਾਰ ਚਲਾ ਰਿਹਾ ਸੀ, ਉਹਦੀ ਨਾਲ ਵਾਈਫ ਸੀ, ਨਾਲ ਉਹਦੀ ਬੇਟੀ ਸੀ। ਦੂਜਾ ਮੋਟਰਸਾਈਕਲ ਜਿਹੜਾ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ, ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਜਿਹੜਾ ਐਕਸੀਡੈਂਟ ਹੋਇਆ ਵਾ। ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦੇ ਮੋਟਰਸਾਈਕਲ ਉਹਦੀ ਵਾਈਫ ਅਤੇ ਉਹਦੀ ਬੇਟੀ ਸੀ ਥੱਲੇ ਡਿੱਪੇ, ਗੁੱਡੇ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ ਜਿਹਦੀ ਉਹਦੀ ਮੌਤ ਹੋ ਗਈ, ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ। ਮੇਰਾ ਨਾਮ ਸੁਰਜੀਤ ਕੁਮਾਰ ਹੈ ਜੀ, ਜ਼ਿਲ੍ਹਾ ਗੁਰਦਾਸਪੁਰ। ਘਟਨਾ ਇਹ ਹੋਈ ਹੈ ਜੀ, ਆਪਾਂ ਗਏ ਸੀਗੇ ਬਾਬਾ ਬਟਭਾਗ ਸਿੰਘ ਦੇ ਦਰਸ਼ਨ ਕਰਨ ਵਾਸਤੇ, ਔਰ ਉਹ ਤੋਂ ਵਾਪਸੀ ਕਰ ਰਹੇ ਸੀ, ਸਾਰੀ ਵਾਪਸੀ ਕਰਕੇ ਤੇ ਇੱਥੇ ਪਹੁੰਚੇ ਤੁਹਾਡੇ ਆਪਣੇ ਮਕੇਰੀਆਂ ਏਰੀਆ ਦੇ ਲਾਗੇ ਸਾਗੇ। ਬਸ ਇੱਥੇ ਪਤਾ ਨਹੀਂ, ਮਤਲਬ ਕਿ ਮੈਂ ਤੇ ਪਿੱਛੇ ਸੀਗਾ ਤੇ ਇਹ ਮੇਰੇ ਅੱਗੇ ਚੱਲ ਰਿਹਾ ਜੀ, ਤੇ ਪਤਾ ਨਹੀਂ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ, ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਰ ਥੱਲੇ ਆਏ ਆ, ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ। ਮੇਰੇ ਚਾਚਾ ਜੀ ਗਏ, ਇੱਕ ਬੇਟੀ ਗੁੜੀ ਦੀ ਮੌਤ ਹੋਈ, ਉਹ ਉਹਨਾਂ ਦੀ ਮੇਰੀ ਭੈਣ ਨਹੀਂ ਸੀਗੀ, ਮੇਰੇ ਚਾਚਾ ਦੀ ਗੁੜੀਆ ਸੀਗੀ। ਸੀਨ ਹੋਇਆ ਵਾ। ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦੇ ਮੋਟਰਸਾਈਕਲ ਉਹਦੀ ਵਾਈਫ ਅਤੇ ਉਹਦੀ ਬੇਟੀ ਸੀ ਥੱਲੇ ਡਿੱਪੇ, ਗੁੱਡੇ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ ਜਿਹਦੀ ਉਹਦੀ ਮੌਤ ਹੋ ਗਈ, ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ। ਚਲਾ ਗੁਰਦਾਸਪੁਰ ਪਿੰਡ ਬੋਪੜੀ ਜੱਟਾਂ। ਅੱਛਾ ਜੀ, ਕੀ ਹੋਇਆ ਸੀਗਾ ਆਪਣੇ ਨਾਲ? ਖਲੋਤੀ ਸੀ, ਮੈਂ ਖਲੋਤੇ ਦਾ ਸੀ ਥੋੜਾ ਜਿਹਾ, ਬਿਲਕੁਲ ਮਿੱਠਾ ਮਿੱਠਾ ਹੀ ਪਤਾ, ਰੋਟੀ ਕਰਦਾ ਸੀ, ਉਹਨੇ ਟੱਕ ਲਿਆ ਕੇ ਮਾਰਤਾ ਮੇਰੇ ਸਿੱਧਾ ਹੀ। ਅੱਛਾ ਜੀ, ਕਿਸੇ ਹੋਰ ਬਾਈਕ ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ? ਨਹੀਂ, ਹੋਰ ਬਾਈਕ ਨਾਲ ਨਹੀਂ, ਟਰੱਕ ਨਾਲ ਹੋਇਆ ਸੀ। ਟਰੱਕ ਨਾਲ ਹੋਇਆ ਜੀ, ਉੱਥੇ ਲੱਗੇ ਦਾ ਟਰੱਕ। ਅੱਛਾ ਜੀ, ਤੇ ਤੁਹਾਡੇ ਨਾਲ ਕੌਣ ਕੌਣ ਸੀਗਾ ਜੀ? ਮੇਰੇ ਨਾਲ ਮੇਰੀ ਘਰ ਦੀ, ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ। ਹਾਂਜੀ, ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ? ਮੁਸਕਾਨ। ਓਕੇ ਜੀ, ਤੇ ਬੱਚੀ ਦਾ? ਬੱਚੀ ਦਾ ਨਾਮ ਹਰਮਨ। ਹਰਮਨ ਉਹ ਨਹੀਂ ਲੱਭੇ ਘਰ ਦੀ, ਪਤਾ ਨਹੀਂ ਕੌਣ ਲੈ ਗਿਆ ਉਹਨੂੰ, ਉਹ ਕੁੜੀ ਸਮੀ ਪੀ ਗਿਆ ਮੇਰੇ ਸੋਨ। ਓਕੇ ਜੀ, ਦਾ ਪਤਾ ਲੱਗਣਾ ਚਾਹੀਦਾ ਕਿਹਨੇ ਕਿਹਨੇ ਖੜੀ ਆ ਕੁੜੀ ਮੇਰੀ, ਉਹਦਾ ਨਹੀਂ ਪਤਾ ਲੱਗੇ ਕਰਦਾ, ਬੱਚੀ ਆ ਜਾ ਗਈ ਬੱਚੀ। ਠੀਕ ਹੈ ਜੀ, ਉਹਦਾ ਪਤਾ ਹੋਣਾ ਚਾਹੀਦਾ ਮੇਰੇ ਰਿਸ਼ਤੇਦਾਰ। ਤੁਸੀਂ ਕਿੱਥੋਂ ਆ ਰਹੇ ਸੀਗੇ? ਬਾਬੇ ਤੋਂ ਆਉਂਦੇ ਸੀ। ਓਕੇ ਜੀ, ਬਾਬਾ ਪੜਵਾਕ ਸਿੰਘ ਦੇ? ਹਾਂਜੀ। ਓਕੇ ਸਰ, ਐਕਸੀਡੈਂਟ ਹੋਇਆ, ਕੀ ਹੈ ਪ੍ਰੋਬਲਮ ਜੀ? ਇਹ ਮੋਟਰਸਾਈਕਲ ਦੋਵਾਂ ਦਾ ਐਕਸੀਡੈਂਟ ਹੋਇਆ ਜੀ। ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ, ਬਾਬਾ ਬੜਵਾਸ ਨੂੰ ਮੱਥਾ ਟੇਕ ਕੇ ਆ ਰਹੇ ਸੀ, ਉਹਨੂੰ ਰਵੀ ਕੁਮਾਰ ਚਲਾ ਰਿਹਾ ਸੀ, ਉਹਦੀ ਨਾਲ ਵਾਈਫ ਸੀ, ਨਾਲ ਉਹਦੀ ਬੇਟੀ ਸੀ।
ਦੂਜਾ ਮੋਟਰਸਾਈਕਲ ਜਿਹੜਾ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ, ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਜਿਹੜਾ ਐਕਸੀਡੈਂਟ ਹੋਇਆ ਵਾ, ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦਾ ਮੋਟਰਸਾਈਕਲ, ਉਹਦੀ ਵਾਈਫ ਤੇ ਉਹਦੀ ਬੇਟੀ ਸੀ ਥੱਲੇ ਡਿੱਪੇ, ਉਹ ਡਿੱਗਣ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ, ਜਿਹਦੀ ਉਹਦੀ ਮੌਤ ਹੋ ਗਈ, ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ। ਮੇਰਾ ਨਾਮ ਸੁਰਜੀਤ ਕੁਮਾਰ ਹੈ ਜੀ, ਜ਼ਿਲ੍ਹਾ ਗੁਰਦਾਸਪੁਰ। ਘਟਨਾ ਇਹ ਹੋਈ ਹੈ ਜੀ, ਆਪਾਂ ਗਏ ਸੀਗੇ ਬਾਬਾ ਬਿਰਭਾਗ ਸਿੰਘ ਦੇ ਦਰਸ਼ਨ ਕਰਨ ਵਾਸਤੇ, ਔਰ ਉਹ ਤੋਂ ਵਾਪਸੀ ਕਰ ਰਹੇ ਸੀ, ਸਾਰੀ ਵਾਪਸੀ ਕਰਕੇ ਤੇ ਇੱਥੇ ਪਹੁੰਚੇ ਤੁਹਾਡੇ ਆਪਣੇ ਮਕੇਰੀਆਂ ਏਰੀਆ ਦੇ ਲਾਗੇ ਸਾਗੇ। ਬਸ ਇੱਥੇ ਪਤਾ ਨਹੀਂ, ਮਤਲਬ ਕਿ ਮੈਂ ਤੇ ਪਿੱਛੇ ਸੀਗਾ ਤੇ ਇਹ ਮੇਰੇ ਅੱਗੇ ਚੱਲ ਰਿਹਾ ਜੀ, ਤੇ ਪਤਾ ਨਹੀਂ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ, ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਰ ਥੱਲੇ ਆਏ ਆ, ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ। ਮੇਰੇ ਚਾਚਾ ਜੀ ਗਏ, ਇੱਕ ਬੇਟੀ ਗੁੜੀ ਦੀ ਮੌਤ ਹੋਈ ਆ, ਉਹ ਉਹਨਾਂ ਦੀ ਮੇਰੀ ਭੈਣ ਨਹੀਂ ਸੀਗੀ, ਮੇਰੇ ਚਾਚਾ ਦੀ ਗੁੜੀਆ ਸੀਗੀ।